ਅੱਜ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੁਣ ਕੇ ਥੋੜੀ ਆ ਹੈਰਾਨੀ ਜ਼ਰੂਰ ਹੋਵੇਗੀ ਕਿਉਂਕਿ ਇਨਸਾਨ ਦੀਆਂ ਗਲਤੀਆਂ ਉਸ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੀਆਂ ਨੇ ਅਜਿਹੀ ਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਇੱਕ ਵਿਅਕਤੀ ਨੂੰ ਜਿਹੜਾ ਅਮਰਜੈਂਸੀ ਹਾਲਤ ਦੇ ਵਿੱਚ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਵਜ੍ਹਾ ਇਹ ਸੀ ਕਿ ਉਸ ਵਿਅਕਤੀ ਦੀ ਉਲਟੀ ਬੰਦ ਨਹੀਂ ਹੋ ਰਹੀ ਸੀ ਵਾਰ-ਵਾਰ ਉਹਨੂੰ ਉਲਟੀ ਆ ਰਹੀ ਸੀ ਤੇ ਜਦੋਂ ਡਾਕਟਰਾਂ ਨੇ ਉਹਦੀ ਸਕੈਨਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਪੇਟ ਦੇ ਵਿੱਚ ਕੁਝ ਪਿਆ ਹੋਇਆ ਦਿਖਾਈ ਦਿੱਤਾ ਡਾਕਟਰਾਂ ਨੂੰ ਤੇ ਉਹਨਾਂ ਨੇ ਅਮਰਜੈਂਸੀ ਆਪਰੇਟ ਦੀ ਜਿਹੜੀ ਸਲਾਹ ਜਿਹੜੀ ਐਡਵਾਈਸ ਜਿਹੜੀ ਪਰਿਵਾਰ ਨੂੰ ਦਿੱਤੀ ਤੇ 40 ਸਾਲਾਂ ਇਸ ਵਿਅਕਤੀ ਦੀ ਉਮਰ ਹੈ ਤੇ ਜਦੋਂ ਉਹਦਾ ਆਪਰੇਸ਼ਨ ਕੀਤਾ ਗਿਆ ਤਾਂ ਉਹਦੇ ਪੇਟ ਦੇ ਵਿੱਚੋਂ ਨਟ ਬੋਲਟ, ਏਅਰਫੋਨ, ਬਾਸ਼ਲਾ, ਛੋਟੇ ਪੇਚ ਜਿਹੜੇ ਆ ਉਹ ਕੱਢੇ ਗਏ ਤੇ ਹਾਲੇ ਵੀ ਇਹ ਵਿਅਕਤੀ ਜਿਹੜਾ ਹੈ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ 40 ਸਾਲ ਦੀ ਇਹਦੀ ਉਮਰ ਦੱਸੀ ਜਾ ਰਹੀ ਹੈ ਡਾਕਟਰ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਕੇ ਇੰਨੀਆਂ ਤਿੱਖੀਆਂ ਤੇ ਨਕੇਲੀਆਂ ਚੀਜ਼ਾਂ ਇਹ ਇਨਸਾਨ ਕਿਸ ਤਰ੍ਹਾਂ ਨਿਕਲ ਗਿਆ ਤੇ ਕੀ ਕਾਰਨ ਹੋਵੇਗਾ ਇਹ ਤਾਂ ਉਹਦੀ ਹੋਸ਼ ਆਉਣ ਤੇ ਹੀ ਪਤਾ ਲੱਗੇਗਾ ਜਦੋਂ ਉਸ ਨੂੰ ਹੋਸ਼ ਆਏਗੀ ਅਜੇ ਇਹ ਵਿਅਕਤੀ ਜਿਹੜਾ ਆ ਇੱਕ ਪ੍ਰਾਈਵੇਟ ਹਸਪਤਾਲ ਮੋਗਾ ਦੇ ਵਿੱਚ ਜਿਹੜਾ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਆਈਸੀਯੂ ਦੇ ਵਿੱਚ ਇਹਨੂੰ ਰੱਖਿਆ ਗਿਆ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਹੋ ਜਿਹੇ ਜਿਹੜੀਆਂ ਜਦੋਂ ਅਸੀਂ ਕੋਈ ਚੀਜ਼ ਨਿਗਲਦੇ ਆ ਜਾਂ ਆਪਣੇ ਪੇਟ ਦੇ ਵਿੱਚ ਉਸ ਚੀਜ਼ ਨੂੰ ਲੰਘਾਉਂਦੇ ਹਾਂ ਕਈ ਵਾਰੀ ਉਹ ਮਜ਼ਾਕ ਵੀ ਹੁੰਦਾ ਹੈ ਤਾਂ ਮਜ਼ਾਕ ਮਜ਼ਾਕ ਦੇ ਵਿੱਚ ਕਈ ਵਾਰ ਸਾਡੀ ਜਿਹੜੀ ਹੈ ਜ਼ਿੰਦਗੀ ਜਿਹੜੀ ਉਹ ਦਾਤੇ ਲੱਗ ਜਾਂਦੀ ਹੈ ਅਜਿਹੀਆਂ ਜਿਹੜੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਤਾਂ ਕਿ ਜਿਹੜੀ ਜ਼ਿੰਦਗੀ ਅਨਮੋਲ ਹੈ ਤੇ ਆਪਾਂ ਇਹਨੂੰ ਆਸਾਨੀ ਦੇ ਨਾਲ ਜੀ ਸਕੀਏ ਪੰਜਾਬੀ ਸਟੇਸ਼ਨ ਦੀ ਏਅਰਪੋਰਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਆਪਣੇ ਕਮੈਂਟਸ ਦੇ ਜ਼ਰੀਏ ਜਵਾਬ ਦਿਓ ਉਡੀਕ ਰਹੇਗੀ ਧੰਨਵਾਦ ਅੱਜ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੁਣ ਕੇ ਥੋੜੀ ਜਿਹਾ ਹਰਾਨੀ ਜ਼ਰੂਰ ਹੋਵੇਗੀ ਕਿਉਂਕਿ ਇਨਸਾਨ ਦੀਆਂ ਗਲਤੀਆਂ ਉਸ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੀਆਂ ਨੇ ਅਜਿਹੀ ਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਜਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਇੱਕ ਵਿਅਕਤੀ ਨੂੰ ਜਿਹੜਾ ਐਮਰਜੈਂਸੀ ਹਾਲਤ ਦੇ ਵਿੱਚ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਵਜ੍ਹਾ ਇਹ ਸੀ ਕਿ ਉਸ ਵਿਅਕਤੀ ਦੀ ਉਲਟੀ ਬੰਦ ਨਹੀਂ ਹੋ ਰਹੀ ਸੀ ਵਾਰ-ਵਾਰ ਉਹਨੂੰ ਉਲਟੀ ਆ ਰਹੀ ਸੀ ਤੇ ਜਦੋਂ ਡਾਕਟਰਾਂ ਨੇ ਉਹਦੀ ਸਕੈਨਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਉਸਦੇ ਪੇਟ ਦੇ ਵਿੱਚ ਕੁਝ ਪਿਆ ਹੋਇਆ ਦਿਖਾਈ ਦਿੱਤਾ ਡਾਕਟਰਾਂ ਨੂੰ ਤੇ ਉਹਨਾਂ ਨੇ ਅਮਰਜੈਂਸੀ ਆਪਰੇਟ ਦੀ ਜਿਹੜੀ ਸਲਾਹ ਜਿਹੜੀ ਐਡਵਾਈਸ ਜਿਹੜੀ ਪਰਿਵਾਰ ਨੂੰ ਦਿੱਤੀ ਤੇ 40 ਸਾਲਾਂ ਇਸ ਵਿਅਕਤੀ ਦੀ ਉਮਰ ਹੈ ਤੇ ਜਦੋਂ ਉਹਦਾ ਆਪਰੇਸ਼ਨ ਕੀਤਾ ਗਿਆ ਤਾਂ ਉਹਦੇ ਪੇਟ ਦੇ ਵਿੱਚੋਂ ਨਟ ਬੋਲਟ, ਏਅਰਫੋਨ, ਬਾਸ਼ਲਾ, ਛੋਟੇ ਪੇਚ ਜਿਹੜੇ ਆ ਉਹ ਕੱਢੇ ਗਏ ਤੇ ਹਲੇ ਵੀ ਇਹ ਵਿਅਕਤੀ ਜਿਹੜਾ ਹੈ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ 40 ਸਾਲ ਦੀ ਇਹਦੀ ਉਮਰ ਦੱਸੀ ਜਾ ਰਹੀ ਹੈ ਡਾਕਟਰ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਕੇ ਇੰਨੀਆਂ ਤਿੱਖੀਆਂ ਤੇ ਨਕੀਲੀਆਂ ਚੀਜ਼ਾਂ ਇਹ ਇਨਸਾਨ ਕਿਸ ਤਰ੍ਹਾਂ ਨਿਕਲ ਗਿਆ ਤੇ ਕੀ ਕਾਰਨ ਹੋਵੇਗਾ ਇਹ ਤਾਂ ਉਹਦੀ ਹੋਸ਼ ਆਉਣ ਤੇ ਹੀ ਪਤਾ ਲੱਗੇਗਾ ਜਦੋਂ ਉਸ ਨੂੰ ਹੋਸ਼ ਆਏਗੀ ਅਜੇ ਇਹ ਵਿਅਕਤੀ ਜਿਹੜਾ ਆ ਇੱਕ ਪ੍ਰਾਈਵੇਟ ਹਸਪਤਾਲ ਮੋਗਾ ਦੇ ਵਿੱਚ ਜਿਹੜਾ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਆਈਸੀਯੂ ਦੇ ਵਿੱਚ ਇਹਨੂੰ ਰੱਖਿਆ ਗਿਆ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਹੋ ਜਿਹੇ ਜਿਹੜੀਆਂ ਜਦੋਂ ਅਸੀਂ ਕੋਈ ਚੀਜ਼ ਨਿਗਲਦੇ ਆ ਜਾਂ ਆਪਣੇ ਪੇਟ ਦੇ ਵਿੱਚ ਉਸ ਚੀਜ਼ ਨੂੰ ਲੰਘਾਉਂਦੇ ਹਾਂ ਕਈ ਵਾਰੀ ਉਹ ਮਜ਼ਾਕ ਵੀ ਹੁੰਦਾ ਹੈ ਤਾਂ ਮਜ਼ਾਕ ਮਜ਼ਾਕ ਦੇ ਵਿੱਚ ਕਈ ਵਾਰ ਸਾਡੀ ਜਿਹੜੀ ਹੈ ਜ਼ਿੰਦਗੀ ਜਿਹੜੀ ਉਹ ਦਾਤੇ ਲੱਗ ਜਾਂਦੀ ਹੈ ਅਜਿਹੀਆਂ ਜਿਹੜੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਤਾਂ ਕਿ ਜਿਹੜੀ ਜ਼ਿੰਦਗੀ ਅਨਮੋਲ ਹੈ ਤੇ ਆਪਾਂ ਇਹਨੂੰ ਆਸਾਨੀ ਦੇ ਨਾਲ ਜੀ ਸਕੀਏ ਪੰਜਾਬੀ ਸਟੇਸ਼ਨ ਦੀ ਏਅਰਪੋਰਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਆਪਣੇ ਕਮੈਂਟਸ ਦੇ ਜ਼ਰੀਏ ਜਵਾਬ ਦਿਓ ਉਡੀਕ ਰਹੇਗੀ ਧੰਨਵਾਦ